ਅੱਜ ਸਾਡਾ ਜਿਹੜਾ ਰੋਸ ਧਰਨਾ ਦਿੱਤਾ ਜਾ ਰਿਹਾ ਕਿ ਸਾਡੇ ਬਿਜਲੀ ਕਾਮੇ ਜਿਹੜਾ ਬਿਜਲੀ ਸਪਲਾਈ ਨੂੰ ਬਹਾਲ ਰੱਖ ਰਹੇ ਆ ਉਹ ਲਗਾਤਾਰ ਮੌਤ ਦੇ ਮੂੰਹ ਦੇ ਵਿੱਚ ਪੈ ਰਹੇ ਆ। ਇਸ ਮਹੀਨੇ ਦੇ ਅੰਦਰ ਅੰਦਰ ਜਦੋਂ ਦਾ ਪੈੜੀ ਸੀਜ਼ਨ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ 17 ਠੇਕਾ ਕਾਮੇ ਜਿਹੜੇ 17 ਦੇ ਲਗਭਗ ਠੇਕਾ ਕਾਮੇ ਮੌਤ ਦੇ ਮੂੰਹ 'ਚ ਪੈ ਗਏ ਅਤੇ ਸੈਂਕੜੇ ਕਾਮੇ ਹੁਣ ਤੱਕ ਜਿਹੜੇ ਆ ਉਹ ਮੌਤ ਦੇ ਮੂੰਹ ਪੈ ਚੁੱਕੇ ਆ ਅਤੇ ਕਈ ਕਾਮੇ ਅਪੰਗ ਹੋ ਚੁੱਕੇ ਆ। ਅਤੇ ਦੂਜਾ ਜਿਹੜੀ ਸਰਕਾਰ ਨੇ ਸਾਡੇ ਨਾਲ ਇਹ ਕਮਿਟਮੈਂਟ ਕੀਤੀ ਸੀ ਵੀ ਅਸੀਂ ਆਊਟਸੋਰਸਿੰਗ ਲਿਸਟਮੈਂਟ ਠੇਕੇਦਾਰ ਕੰਪਨੀਆਂ ਸੁਸਾਇਟੀਆਂ ਜਿੰਨੇ ਵੀ ਕੱਚੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਅਸੀਂ ਡਿਪਾਰਟਮੈਂਟ 'ਚ ਲੈ ਕੇ ਪੱਕੇ ਕਰਾਂਗੇ, ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਪੱਕੇ ਨਹੀਂ ਕੀਤਾ। ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਦੀ ਮੰਗ ਕਰਦੇ ਹਾਂ। ਸਾਡੀ ਤਨਖਾਹ 10,000 12,000 ਰੁਪਈਆ, ਜਿਹਨਾਂ ਨਾਲ ਘਰਾਂ ਦਾ ਗੁਜ਼ਾਰਾ ਚਲਾਉਣਾ ਵੀ ਬੜੀ ਮੁਸ਼ਕਲ ਹੋਇਆ ਪਿਆ। ਅਸੀਂ ਡਿਮਾਂਡ ਕਰਦੇ ਹਾਂ ਵੀ ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ 1948 ਐਕਟ ਮੁਤਾਬਕ ਲਾਗੂ ਕਰਨ, ਅਤੇ ਮਤਲਬ ਘੱਟੋ ਘੱਟ ਜਿਹੜੇ ਹਾਦਸਾ ਪੀੜਤ ਹੋ ਗਏ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ, ਉਹਨਾਂ ਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਗਰੰਟੀ ਜਾਰੀ ਕਰਨ। ਇਹਨਾਂ ਗੱਲਾਂ ਨੂੰ ਲੈ ਕੇ ਅਤੇ ਹੋਰ ਜਿੰਨੀਆਂ ਵੀ ਤਮਾਮ ਮੰਗਾਂ ਸਾਡੀਆਂ ਮੰਗ ਪੱਤਰ 'ਚ ਦਰਜ ਹੈ ਉਹਨਾਂ ਮੰਗਾਂ ਦੀ ਹੱਲ ਲਈ ਅਸੀਂ ਇੱਥੇ ਜਿਹੜਾ ਪ੍ਰਦਰਸ਼ਨ ਆ ਉਹ ਪਰਿਵਾਰਾਂ ਦੇ ਬੱਚਿਆਂ ਸਮੇਤ ਇੱਥੇ ਕਰ ਰਹੇ ਹਾਂ। ਤੁਸੀਂ ਹਰ ਵਾਰ ਅਨਮੋਲ ਗਗਨਮਾਨ ਦੇ ਦਫ਼ਤਰ ਕਿਉਂ ਘੇਰਦੇ ਹੋ? ਭਾਜੀ ਇਹ ਕਿਰਤ ਮੰਤਰੀ ਆ, ਇੱਕ ਕਿਰਤੀਆਂ ਦਾ ਇੱਕ ਕਿਰਤ ਮੰਦਰ ਹੁੰਦਾ, ਠੀਕ ਹੈ, ਇੱਕ ਕਿਰਤੀਆਂ ਦਾ ਕਿਰਤ ਜਿਹੜਾ ਕਿਰਤ ਵਿਭਾਗ ਆ ਉਹ ਮੰਦਰ ਹੈ। ਜਿਵੇਂ ਹੁਣ ਇਸ ਕਿਰਤ ਮੰਤਰੀ ਨੇ ਪਿਛਲੇ ਸਮੇਂ ਦੇ ਵਿੱਚ ਆ ਥੋੜ੍ਹੇ ਦਿਨਾਂ ਦੇ ਵਿੱਚ ਇੱਕ ਪੱਤਾ ਖੇਡਿਆ, ਉਹਨੂੰ ਮਜ਼ਾਕ ਹੀ ਕਹਾਂਗੇ ਆਪਾਂ, 165 ਰੁਪਈਆ ਤਨਖਾਹ ਵਧਾਈ ਹੈ ਠੇਕਾ ਮੁਲਾਜ਼ਮਾਂ ਦੀ। ਤੁਸੀਂ ਇਹ ਦੱਸੋ ਵੀ ਇੱਕ 165 ਰੁਪਈਏ ਦੇ ਨਾਲ ਕੀ ਆਪਣਾ ਕਿਵੇਂ ਆਪਣਾ ਜ਼ਿੰਦਗੀ ਬਤੀਤ ਕਰੂਗਾ ਮੁਲਾਜ਼ਮ, ਕੀ ਆਪਣਾ ਕੀ ਕੁਝ ਕਰੂਗਾ, ਇਹ ਸਾਡੇ ਮਤਲਬ ਸਵਾਲ ਹੈ। ਅੱਜ ਇੱਥੇ ਇਸ ਕਰਕੇ ਆਏ ਹਾਂ ਵੀ ਮੰਤਰੀ ਨੂੰ ਬੈਠ ਕੇ ਜਿਹੜੇ ਕਹਿੰਦੇ ਸੀ ਅਸੀਂ 10,000 ਤਨਖਾਹ ਵਧਾਵਾਂਗੇ ਤਨਖਾਹ ਦੇ ਵਿੱਚ ਵਾਧਾ ਕਰਾਂਗੇ, ਉਹ ਕਿੱਥੇ ਚਲੇ ਗਏ? ਅੱਜ ਮੰਤਰੀ ਸਾਡੀ ਗੱਲ ਸੁਣਨ ਨੂੰ ਤਿਆਰ ਨੇ। ਅਸੀਂ ਸਵੇਰ ਦੇ ਕਹਿੰਦੇ ਵੀ ਆ ਮੰਤਰੀ ਬਿਠਾਓ, ਇਹਨਾਂ ਦੇ ਹੱਥ ਦੇ ਵਿੱਚ ਆ, ਸਰਕਾਰ ਦੇ ਹੱਥ ਦੇ ਵਿੱਚ ਆ, ਮਸਲਾ ਹੱਲ ਕਰਵਾਓ। ਮਤਲਬ ਉਸ ਗੱਲ 'ਤੇ ਹਲੇ ਪ੍ਰਸ਼ਾਸਨ ਹੈ ਜਿਹੜਾ ਨਹੀਂ ਆ ਰਿਹਾ, ਅਸੀਂ ਮਤਲਬ ਡਟੇ ਲਗਾਤਾਰ ਬੈਠੇ। ਕਦੋਂ ਤੱਕ ਧਰਨਾ ਚੱਲਦਾ ਰਹੇਗਾ? ਲਗਾਤਾਰ ਚੱਲੂਗਾ ਜੀ, ਜਦੋਂ ਤੱਕ ਸਾਡਾ ਸਰਕਾਰ ਦੇ ਹੱਥ ਆ, ਸਰਕਾਰ ਨੇ ਡੰਡੇ ਦੇ ਨਾਲ ਉਠਾਉਣਾ, ਸਰਕਾਰ ਨੇ ਕੁਛ ਦੇ ਕੇ ਉਠਾਉਣਾ, ਇਹ ਹੁਣ ਸਰਕਾਰ ਸੋਚ ਲਵੇ, ਨਹੀਂ ਤਾਂ ਲਗਾਤਾਰ ਅਸੀਂ ਸੰਘਰਸ਼ ਕਰਾਂਗੇ। ਕੀ ਨਾਮ ਤੁਹਾਡਾ ਅਤੇ ਕੀ ਇਸ਼ੂ ਜਿਹੜਾ ਧਰਨਾ ਲਾਇਆ? ਹਾਂਜੀ, ਮੇਰਾ ਨਾਮ ਗਗਨਦੀਪ ਕੌਰ ਹੈ ਜੀ। ਸਾਡਾ ਮਸਲਾ ਹੈਗਾ ਜੀ, ਅਸੀਂ ਕੱਚੇ ਕਾਮੇ ਆ, ਬਿਜਲੀ ਬੋਰਡ 'ਚ ਲੱਗੇ ਹੋਏ ਹਾਂ। ਸਾਡੀ ਹੁਣ ਤੱਕ ਦੀ ਸਾਡੀ 1 ਮਹੀਨੇ ਦੇ ਵਿੱਚ 17 ਮੌਤਾਂ ਹੋ ਚੁੱਕੀਆਂ ਕਰੰਟ ਲੱਗ ਕੇ, ਜੋ ਕਿ ਸਾਰੇ ਡੈੱਥ ਹੋ ਚੁੱਕੀ ਆ। ਨਾ ਸਾਡੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ, ਨਾ ਸਾਡੇ ਪਰਿਵਾਰਾਂ ਨੂੰ ਕੋਈ ਨੌਕਰੀ ਦਾ ਪ੍ਰਬੰਧ ਆ। ਦੱਸੋ ਸਾਡੇ CHP ਕਾਮੇ ਕੀ ਕਰ, ਫਿਰ ਅਸੀਂ ਧਰਨਾ ਨਾ ਲਾਈ ਤਾਂ ਅਸੀਂ ਕੀ ਕਰੀਏ ਸਰ? ਕਿੰਨੇ ਪਹਿਲਾਂ ਵੀ ਧਰਨੇ ਲਾਏ ਸੀ? ਹਾਂਜੀ, ਅਸੀਂ ਮੁੱਢ ਤੋਂ ਹੀ ਧਰਨਾ ਲਾ ਰਹੇ ਹਾਂ ਜੀ। ਕਿੰਨੀ ਤਨਖਾਹ ਕਿੰਨੀ ਮਿਲ ਰਹੀ ਹੈ? ਤਨਖਾਹ ਇਸ ਟਾਈਮ 14,000 ਮਿਲਦੀ ਹੈ ਜੀ। ਤੁਸੀਂ ਦੱਸੋ ਵੀ ਮੰਗ ਕਮ ਸੇ ਕਮ, ਆਪਾਂ ਨੂੰ ਵੀ ਪਤਾ ਵੀ ਹੁਣ ਇਸ ਟਾਈਮ 'ਤੇ
ਕੀ ਦੌਰ ਚੱਲ ਰਿਹਾ, ਕਿੰਨਾ ਖਰਚਾ ਹੈ ਇਸ ਟਾਈਮ 'ਤੇ, ਕਿੰਨੀ ਮਹਿੰਗਾਈ ਹੈ। ਅਸੀਂ ਚਾਹੁੰਦੇ ਹਾਂ ਵੀ ਕਮ ਸੇ ਕਮ ਖਰਚੇਯੋਗ ਤਨਖਾਹ ਦਿੱਤੀ ਜਾਵੇ, ਕਮ ਸੇ ਕਮ 25,000 ਰੁਪਈਆ ਤਾਂ ਕੋਈ ਮਿਨੀਮਮ ਤਨਖਾਹ ਦਿੱਤੀ ਜਾਵੇ। ਹੋਰ ਕੀ ਮੰਗ ਕਰਦੇ ਹੋ? ਹੋਰ ਅਸੀਂ ਇਹੀ ਮੰਗ ਕਰਦੇ ਵੀ ਸਾਨੂੰ ਰੂਟੀਨ 'ਚ ਲੈ ਕੇ ਰੈਗੂਲਰ ਕੀਤਾ ਜਾਵੇ, ਜੋ ਵੀ ਸਾਡੇ ਹੁਣ ਤੱਕ ਦੇ ਪੀੜਤ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਇਹ ਧਰਨਾ ਕਦੋਂ ਤੱਕ ਚੱਲਦਾ ਰਹੇਗਾ? ਇਹ ਧਰਨਾ ਅਨਲਿਮਿਟ, ਇਹ ਧਰਨਾ ਲੱਗਿਆ ਹੀ ਰਹੂਗਾ ਜੀ, ਇਹ ਨਹੀਂ ਚੱਕਦੇ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ, ਲੰਬੇ ਸਮੇਂ ਤੱਕ ਚੱਲੂਗਾ। ਜਿਵੇਂ ਪਰਸੋਂ ਰੱਖੜੀ ਦਾ ਵੀ ਤਿਉਹਾਰ ਹੈ, ਫਿਰ ਕਿਵੇਂ ਅੱਗੇ? ਜਿਨ੍ਹਾਂ ਦੇ ਭੈਣ ਭਰਾ ਚਲੇ ਗਏ, ਜਿਨ੍ਹਾਂ ਦੇ ਰੱਖੜੀ ਤੋਂ ਬੰਨਣ ਵਾਲੇ ਗੋਟੀ ਚਲੇ ਗਏ, ਤਾਂ ਫਿਰ ਉਹ ਰੱਖੜੀ ਕਾਹਦੀ ਰਹਿ ਗਈ ਜੀ? ਉਹਨਾਂ ਦੇ ਘਰਾਂ 'ਚ ਤਾਂ ਭੰਗ ਭੁੰਗ ਜਾਂਦੀ ਆ, ਰੱਖੜੀ ਕੀ ਕਰੂਗੀ? ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ, ਭੈਣਾਂ ਦੇ ਭਰਾ ਖੋਏ ਗਏ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਰੱਖੜੀ 'ਤੇ ਉਹਨਾਂ ਨੂੰ ਤੋਹਫਾ ਦੇਣਾ ਚਾਹੀਦਾ, ਇਹਨਾਂ ਨੂੰ ਪੱਕੇ ਕਰਕੇ ਉਹਨਾਂ ਨੂੰ ਭੈਣਾਂ ਨੂੰ ਤੋਹਫਾ ਦੇ ਦੇਣ। ਇਹ ਅਸੀਂ ਦੇਖਿਆ ਕੁਝ ਬੱਚੇ ਵੀ ਨਾਲ ਆਏ ਹੋਏ ਆ, ਇਹ ਤਾਂ ਗਰਮੀ ਦੇ ਵਿੱਚ ਲੱਗਦਾ ਨਹੀਂ ਘਰ ਰਹਿਣੇ ਚਾਹੀਦੇ? ਜੀ ਤਾਂ ਬਥੇਰਾ ਕਰਦਾ ਜੇ ਆਪ ਏਸੀਆਂ 'ਚ ਇਹ ਬੈਠ ਸਕਦੇ, ਇਹਨਾਂ ਦੇ ਬੱਚੇ ਬੈਠ ਸਕਦੇ, ਸਾਡਾ ਵੀ ਜੀ ਕਰਦਾ ਵੀ ਸਾਡੇ ਬੱਚੇ ਏਸੀਆਂ ਦੇ ਵਿੱਚ ਬਹਿਣ, ਪਰ ਅਸੀਂ ਮਜਬੂਰ ਹਾਂ, ਅਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਜਿੰਨਾ ਚਿਰ ਇਹ ਸਰਕਾਰ ਹੈ ਉਨਾ ਚਿਰ ਇਹ ਕੁਛ ਅਸੀਂ ਕੁਛ ਨਹੀਂ ਕਰ ਸਕਦੇ ਜੀ, ਕਿਉਂਕਿ ਇਹ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਸੀ। ਅਸੀਂ ਇੱਕ ਨਵੀਂ ਸੋਚ ਲੈ ਕੇ ਆਉਣ ਦੀ ਸੋਚਦੇ ਸੀ ਵੀ ਕੋਈ ਨਵੀਂ ਸੋਚ ਆਊਗੀ ਅਤੇ ਨਵੀਂ ਕੋਈ ਨਾ ਕੋਈ ਨਵੀਂ ਨੀਤੀ ਆਊਗੀ, ਪਰ ਨਹੀਂ, ਇਹ ਸਰਕਾਰ ਉਹਨਾਂ ਸਰਕਾਰਾਂ ਵਰਗੀ ਦੋਗਲੀ ਆ, ਜੋ ਕਿ ਇਹਨੇ ਅੱਜ ਤੱਕ ਕੋਈ ਵੀ ਇੱਕ ਵੀ 100% ਦੱਸ ਦਿਓ ਵੀ ਇਹਨੇ ਕੋਈ ਪੂਰਾ ਕੀਤਾ, ਇੱਕ ਵੀ ਕੰਮ ਪੂਰਾ ਨਹੀਂ ਕੀਤਾ ਇਹਨਾਂ ਨੇ। ਲਾਈਕ